ਦਰਸ਼ਨ ਕਰਨ ਦੇ ਲਈ ਪਰਮਾਤਮਾ ਦੀ ਉਹ ਸ਼ਕਤੀ ਨੂੰ ਦੇਖਣ ਦੇ ਲਈ ਤੂੰ ਆਇਆ ਹੈ। ਤੇਰੇ ਅੰਦਰ ਇਹ ਨੇਤਰ ਜਿਹੜੇ ਹਨ ਇਹ ਸਾਧ ਸੰਗਤ ਸਤ ਸੰਗਤ ਦੇ ਵਿੱਚ ਗੁਰਮੁਖਾਂ ਦੇ ਦਰਸ਼ਨ ਕਰਨ ਦੇ ਲਈ ਮਿਲੇ ਹਨ ਔਰ ਰਚਨਾ ਜਿਹੜੀ ਹੈ ਪਰਮਾਤਮਾ ਦਾ ਨਾਮ ਵਾਸਤੇ ਮਿਲੀ ਹੈ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੀ, ਮਨ ਕਹਿੰਦੇ ਵਿੱਚ ਤੂੰ ਮਿਲਿਆ ਸੱਚ ਨੂੰ ਸੰਭਾਲਣ ਵਾਸਤੇ, ਸੱਚ ਦਾ ਸਿਮਰਨ ਕਰਨ ਵਾਸਤੇ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੀ, ਇੱਕਦਮ ਤੂੰ ਜੋ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀਂ, ਇਸ ਨਾਲ ਕਿਉਂ ਜਿੱਤ ਲਾਈ ਹੈ ਐਸਾ ਕੰਮ ਮੂਲ ਨਾ ਕਿਤੇ ਜਿੱਤ ਅੰਤ ਕੁਛ ਗਾਈ ਹੈ। ਸਤਿਗੁਰ ਦਾ ਉਪਦੇਸ਼ ਹੁਣ ਤੂੰ ਹੋਵੇ ਤੇਰੇ ਨਾਲੇ, ਸਤਿਗੁਰ ਦਾ ਉਪਦੇਸ਼ ਹੁਣ ਅਰੇ ਜੇ ਚਰਨ ਦਿੱਤਿਆਂ ਨੂੰ ਪੈਰ ਦਿੱਤਿਆਂ ਨੂੰ ਚੱਲ ਕੇ ਜਾ ਕੇ ਸਾਧ ਸੰਗਤ ਵਿੱਚ ਬੈਠਣਾ, ਸਰੀਰ ਦਿੱਤਾ ਹੈ ਪਰਮਾਤਮਾ ਨੂੰ ਮਿਲਣ ਦੇ ਲਈ। ਇਹ ਸਰੀਰ ਦੀ ਜਿਹੜੀ ਜਿਹੜੀ ਮਾਨਤਾ ਜਾਂ ਸਰੀਰ ਦਾ ਜਿਹੜੇ